ਜੁਜਾਰ ਹੈਲੋ ਬੋਲ ਦੋ ਸਾਰਿਆਂ ਨੂੰ। ਸਾਰੇ ਜਾਣੇ ਦੱਸਿਓ ਵੀ ਬਰਥਡੇ ਵਾਲਾ ਬਲੌਗ ਪਾਈਏ। ਇਹਨਾਂ ਨੇ ਮੇਰੇ ਵਾਸਤੇ ਸਰਪ੍ਰਾਈਜ਼ ਰੱਖਿਆ ਸੀਗਾ ਤੇ ਆਪਾਂ ਇਹਦੇ ਵਾਸਤੇ ਕੱਪੜੇ ਲੈਣੇ ਸੀ। ਚਲੋ ਇਹਨੂੰ ਤਾਂ ਕੀ ਠਾਉਣਾ, ਉੱਥੇ ਲਾ ਲੂਗੀ ਜੀ, ਦੇਖ ਲਾਂਗੇ। ਆਪਾਂ ਪੂਰੀ ਜ਼ਬਰਦਸਤ ਸ਼ੋਪਿੰਗ ਕਰ ਲਈ ਜੁਜਾਰ ਲਈ। ਇੰਨੇ ਜ਼ਿਆਦਾ ਸੋਹਣੇ ਕੱਪੜੇ ਆ। ਹਾਂ ਕਿਵੇਂ ਆ ਜੁਜਾਰ? ਉਹ ਬੋਲੋ ਬੋਲੋ ਬੋਲੋ। ਹਾਂ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੀ ਹਾਂ ਜੀ ਸਾਰੇ ਜਾਣੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਸਵਾਗਤ ਹੈ ਜੀ ਤੁਹਾਡਾ ਆਪਣੇ ਯੂਟਿਊਬ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ। ਕਾਫੀ ਟਾਈਮ ਬਾਅਦ ਅੱਜ ਆਪਾਂ ਮਿਲ ਰਹੇ ਹਾਂ। ਕੱਲ ਬਲੌਗ ਬਣਾ ਰਹੇ ਸੀ ਪਰ ਬਲੌਗ ਬਣਾਉਂਦੇ ਬਣਾਉਂਦੇ ਵਿੱਚ ਦੀ ਅਸੀਂ ਭੁੱਲ ਗਏ, ਕਿਉਂਕਿ ਸਾਡੇ ਹੁਣ ਯਾਦ ਨਹੀਂ ਰਹਿੰਦਾ। ਕਿਉਂ ਨਹੀਂ ਯਾਦ ਰਹਿੰਦਾ? ਸਿਰਫ ਇਸ ਕੇ ਲਈ, ਠੀਕ ਹੈ, ਜੁਝਾਰ ਦੇ ਵਿੱਚ ਆਪਾਂ ਇੰਨੇ ਬਿਜ਼ੀ ਹੋ ਜਾਂਦੇ ਹਾਂ ਤਾਂ ਕਰਕੇ ਸਾਨੂੰ ਕੁਛ ਨਹੀਂ ਯਾਦ ਰਹਿੰਦਾ, ਅਸੀਂ ਭੁੱਲ ਜਾਂਦੇ ਹਾਂ। ਬਟ ਅੱਜ ਮੈਂ ਸੋਚਿਆ ਸੀ ਵੀ ਕੁਛ ਮਰਜ਼ੀ ਹੋ ਜੇ, ਅੱਜ ਮੈਂ ਬਲੌਗ ਜ਼ਰੂਰ ਬਣਾਉਂਗੀ, ਅੱਜ ਮੈਂ ਪੱਕਾ ਬਣਾਉਂਗੀ ਬਲੌਗ। ਤਾਂ ਅੱਜ ਆਪਾਂ ਸਪੈਸ਼ਲ ਬਲੌਗ ਆ ਜਿਹੜਾ ਬੁਟੀਕ ਤੋਂ ਹੀ ਸਟਾਰਟ ਕਰ ਰਹੇ ਹਾਂ। ਸੋਹਣੇ ਸੋਹਣੇ ਸੂਟਾਂ ਤੋਂ ਸਟਾਰਟ ਕਰਾਂਗੇ, ਠੀਕ ਹੈ, ਅਤੇ ਇੱਕ ਆਪਣੇ ਜੁਝਾਰ ਦੇ ਨਾਲ ਸਟਾਰਟ ਕਰਾਂਗੇ। ਜੁਝਾਰ ਹੈਲੋ ਬੋਲ ਦਿਓ ਸਾਰਿਆਂ ਨੂੰ। ਤੁਸੀਂ ਜੁਝਾਰ ਨੂੰ ਪਹਿਲਾਂ ਵੀ ਮਿਲ ਚੁੱਕੇ ਹੋ, ਹੁਣ ਜੁਝਾਰ ਹੋਰ ਥੋੜ੍ਹਾ ਜਿਹਾ ਵੱਡਾ ਹੋ ਗਿਆ। ਹਾਂਜੀ, ਸਮਾਈਲ ਕਰਕੇ ਦਿਖਾ ਦੋ ਸਾਰਿਆਂ ਨੂੰ, ਰਾਜੂ ਹਸਾਈਏ ਨੂੰ ਆਪਾਂ ਸਮਾਈ। ਆ ਦੇਖ ਲੋ ਰਾਜੂ, ਊ ਇਹ ਆਪਦੇ ਭਾਣਜੇ ਨੂੰ ਮਿਲਣ ਨਹੀਂ ਆਉਂਦੀ, ਇਹਨੂੰ ਸੀਗਾ ਕੰਮ, ਹਨਾ ਰਿੱਕੀ, ਕੰਮ ਵਾਸਤੇ ਆ ਗਈ। ਬਸ ਕਹਿੰਦੀ ਕਿਉਂ ਬਸ ਕਹਿ ਜੁਝਾਰ ਨੇ ਭਾਈ ਅੱਜ ਪੈਂਟ ਪਾਈ ਆ, ਠੀਕ ਆ, ਬਹੁਤ ਸੋਹਣੀ ਪੈਂਟ ਪਾਈ ਆ ਜੁਝਾਰ ਨੇ। ਜੁਝਾਰ ਕੋਲੇ ਦੋ ਪੈਂਟਾਂ ਨੇ, ਵਧੀਆ ਆਉਂਦੀਆਂ ਨੇ ਇਹਦੇ। ਬਾਕੀ ਜੁਝਾਰ ਦੇ ਕੱਪੜੇ ਜਿਹੜਾ ਆ ਪਾਇਆ ਹੋਇਆ ਬਾਈ, ਇਹ ਵੀ ਉਹ ਕੁੜੀ ਬੰਨਿਓ ਆਇਆ ਸੀ, ਹਨਾ, ਇੰਸਟਾਗ੍ਰਾਮ ਤੇ ਆਪਾਂ ਦੱਸਿਆ ਸੀਗਾ, ਆਨਲਾਈਨ ਮੰਗਵਾਇਆ ਸੀ ਇਹ ਆਪਾਂ। ਬੜਾ ਸੋਹਣਾ ਲੱਗਦਾ ਇਹਦੇ ਪਾਇਆ ਹੋਇਆ ਇਹ। ਕਿਹਦਾ? ਬੁਟੀਕ ਦਾ? ਹਾਂ ਭਾਈ ਸੱਚ, ਅੱਜ ਤੁਹਾਨੂੰ ਆਏ ਨਹੀਂ ਸੀ ਮਿਲਾਉਣਾ ਜੁਝਾਰ ਨਾਲ, ਜੁਝਾਰ ਨਾਲ ਅੱਜ ਤੁਹਾਨੂੰ ਮਿਲਾਉਣਾ ਸੀ। ਮਿਲੋ ਭਾਈ ਛੋਟੇ ਓਨਰ ਨੂੰ, ਹੈ ਓਨਰ ਆਫ ਲਿਬਾਸ ਏ ਖਾਸ, ਠੀਕ ਆ, ਤੁਸੀਂ ਤਾਂ ਵਿਹਲੇ ਹੋ ਸਾਰੇ ਜਾਣੇ ਤਿੰਨੇ, ਮੈਂ ਕੰਮ ਕਰਦੀ ਹਾਂ। ਹਾਂਜੀ ਬਾਈ, ਤਾਂ ਦੇਖੋ ਤੁਸੀਂ, ਆਪਾਂ ਬਹੁਤ ਜ਼ਿਆਦਾ ਸੋਹਣਾ ਸੂਟ ਆ ਜਿਹੜਾ ਕਲਾਇੰਟ ਨੇ ਰੈਡੀ ਕਰਵਾਇਆ ਗਾ, ਅਤੇ ਇਹ ਵਾਲਾ ਜਿਹੜਾ ਵਾਈਟ ਕੱਪੜਾ ਹੁੰਦਾ ਗਾ, ਪਿਓਰ ਦੇ ਵਿੱਚ ਹੁੰਦਾ, ਪਿਓਰ ਜੋਰਜਟ ਦੇ ਵਿੱਚ ਆ, ਠੀਕ ਆ, ਨਾਲ ਪਿਓਰ ਸਿਲਕ ਦੀ ਸਲਵਾਰ ਬਣਾਈ ਆ, ਲੇਸ ਲਗਾਈ ਆ, ਨਾਲ ਚਨੂਨ ਦਾ ਦੁਪੱਟਾ, ਉਹਦੇ ਉੱਪਰ ਲੇਸ ਲੱਗੀ ਆ। ਤੁਸੀਂ ਦੇਖ ਸਕਦੇ ਹੋ ਵੀ ਸੂਟ ਆ ਜਿਹੜਾ ਬਣਿਆ ਬਹੁਤ ਸੋਹਣਾ ਲੱਗਦਾ, ਅਤੇ ਇਹਦੇ ਵਿੱਚ ਆਪਾਂ ਕਿਸੇ ਵੀ ਕਲਰ 'ਤੇ ਇਹਨੂੰ ਬਣਵਾ ਸਕਦੇ ਹਾਂ, ਐਨੀ ਕਲਰ, ਠੀਕ ਹੈ, ਕਿਸੇ ਵੀ ਕਲਰ 'ਤੇ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ। ਅਤੇ ਹਾਂਜੀ ਬਾਈ, ਇੱਕ ਆਹ ਵਾਲਾ ਸੂਟ ਸੀਗਾ ਇਹ, ਠੀਕ ਆ, ਪ੍ਰੋਪਰ ਹੈਂਡ ਵਰਕ ਬਣਿਆ ਹੋਇਆ ਗਾ, ਠੀਕ ਆ। ਆਹ ਸੂਟ ਅਤੇ ਆਹ ਸੂਟ ਇੱਕੋ ਕੁੜੀ ਦੇ ਆਏ, ਆਪਾਂ ਡਿਸਪੈਚ ਕਰਨੇ ਆਪਾਂ ਕੈਨੇਡਾ ਨੂੰ ਅੱਜ, ਅਤੇ ਮੈਂ ਪੈਕਿੰਗ ਕਰਤੀ ਸੀ ਇਹਦੀ, ਇਹਦੀ ਵੀਡੀਓ ਆਪਾਂ ਪਹਿਲਾਂ ਬਣਾ ਲਈ, ਠੀਕ ਆ, ਨਹੀਂ ਤਾਂ ਇਹ ਤੁਹਾਡੇ ਨਾਲ ਮੈਂ ਸ਼ੇਅਰ ਕਰ ਦਿੰਦੀ। ਅਤੇ ਇੱਕ ਜਿਹੜਾ ਹੈਗਾ ਆਹ ਵਾਲਾ ਸੂਟ ਆ, ਠੀਕ ਆ, ਇਹ ਸੂਟ ਹੁਣ ਮੈਂ ਆਪਦਾ ਰੈਡੀ ਕਰਿਆ ਗਾ, 17 ਤਰੀਕ ਨੂੰ ਮੈਰਿਜ ਆ, ਉੱਦਣ ਆਪਾਂ ਫੋਟੋਜ਼ ਅਤੇ ਵੀਡੀਓਜ਼ ਇਹਦੇ ਵਿੱਚ ਅਪਲੋਡ ਕਰਾਂਗੀ ਜੀ, ਠੀਕ ਹੈ। ਅਤੇ ਇਹਦੇ ਨਾਲ ਮੈਂ ਕੰਟਰਾਸਟ ਰੱਖਿਆ ਆਹ ਵਾਲਾ ਦੁਪੱਟਾ, ਅਤੇ ਆਹ ਵਾਲਾ ਸੂਟ ਆਪਾਂ ਹੁਣ ਡਿਸਪੈਚ ਕਰ ਦੇਣਾ ਗਾ। ਇਹ ਮੇਰੇ ਬਰਥਡੇ ਦੀ ਡੈਕੋਰੇਸ਼ਨ ਸੀਗੀ, ਬਰਥਡੇ ਵਾਲਾ ਬਲੌਗ ਤੁਹਾਨੂੰ ਪਾਏ ਨਹੀਂ ਗਾ ਅਸੀਂ। ਸਾਰੇ ਜਾਣੇ ਦੱਸਿਓ ਵੀ ਬਰਥਡੇ ਵਾਲਾ ਬਲੌਗ ਪਾਈਏ। ਇਹਨਾਂ ਨੇ ਮੇਰੇ ਵਾਸਤੇ ਸਰਪ੍ਰਾਈਜ਼ ਰੱਖਿਆ ਸੀਗਾ, ਅਤੇ ਉਹ ਵੀ ਨਹੀਂ ਆਪਣੇ ਤੋਂ ਪਿਆ, ਆਪਾਂ ਭੁੱਲ ਜਾਂਦੇ ਹਾਂਗੇ ਬਸ। ਹਾਂਜੀ ਜੁਝਾਰ, ਚੱਲੀਏ ਘਰੇ, ਚੱਲੀਏ, ਦੱਸੋ ਚੱਲੀਏ ਘਰੇ ਕਿ ਰਹਿਣਾ ਇੱਥੇ। ਜੁਝਾਰ ਸਾਰਾ ਦਿਨ ਇੱਥੇ ਸੁੱਤਾ ਰਹਿੰਦਾ ਗਾ, ਅਤੇ ਰਾਤ ਨੂੰ ਜਾਗਦਾ ਰਹਿੰਦਾ ਗਾ, ਨਾਲੇ ਮੈਨੂੰ ਜਗਾਉਂਦਾ ਗਾ, ਦਿਨੇ ਮੈਨੂੰ ਆਪਦੇ ਨਾਲ ਸਮਾਉਂਦਾ ਹੀ ਨਹੀਂ ਗਾ। ਤੁਸੀਂ ਮੈਨੂੰ ਨੀਂਦ ਨਹੀਂ ਕਰਾਉਂਦੇ ਦਿਨੇ,
ਦਿਨੇ ਤੁਸੀਂ ਮੈਨੂੰ ਕਹਿ ਦਿੰਦੇ ਹੋ ਮੰਮਾ ਤੁਸੀਂ ਕੰਮ ਕਰੋ, ਹਨਾ, ਰਾਤ ਨੂੰ ਕਹਿ ਦਿੰਦੇ ਹੋ ਮੰਮਾ ਤੁਸੀਂ ਜਾਗੋ ਮੇਰੇ ਲਈ, ਮੰਮਾ ਤਾਂ ਆਹੀ ਕੰਮ ਤੇ ਰਹਿ ਗਏ। ਕੱਦੂ ਜਿਹਾ ਡਾਇਪਰ ਬਦਲਤਾ ਇਹਦਾ, ਪੋਟੀ ਕਰਤੀ ਪੁੱਤ ਦੇਖ, ਪਹਿਲਾਂ ਮੈਂ ਤੇਰਾ ਡਾਇਪਰ ਤਾਂ ਚੇਂਜ ਕਰਦੀ ਸੀ, ਮੈਨੂੰ ਇਹ ਸੀ ਤੂੰ ਕਾਰਵਾਈ ਪਾ ਤੀ, ਠੀਕ ਆ, ਮੈਂ ਤੇਰਾ ਡਾਇਪਰ ਚੇਂਜ ਕਰਤਾ ਸੀ, ਹੁਣ ਦੁਬਾਰਾ ਯਾਰ ਤੂੰ ਹੁਣੀ ਤਾਂ ਡਾਇਪਰ ਚੇਂਜ ਕੀਤਾ ਸੀ। ਪੁੱਤ ਡਾਇਪਰ ਬਹੁਤ ਜ਼ਿਆਦਾ ਕੋਸਟਲੀ ਨੇ, ਬਹੁਤ ਜ਼ਿਆਦਾ ਪੈਸੇ ਲੱਗਦੇ ਨੇ ਇਹਨਾਂ ਤੇ, ਸਮਝੋ ਸਮਝੋ। ਯਾਰ ਜੁਜਾਰ ਥੈਂਕ ਯੂ ਸੋ ਮੱਚ ਪੁੱਤ, ਅੱਜ ਮੈਂ ਕਾਮਯਾਬ ਹੋ ਗਈ, ਅੱਗੇ ਨਾ ਚੱਕਦੇ ਹੀ ਨਹੀਂ ਸੀਗੇ ਮਨਪ੍ਰੀਤ ਫੜ, ਅੱਜ ਮੇਰੇ ਕੋਲ ਜੁਝਾਰ ਆਇਆ ਬਾਈ, ਠੀਕ ਹੈ, ਜੁਝਾਰ ਮੇਰੇ ਕੋਲ ਆਉਣ ਸਾਰ ਰੋਣ ਲੱਗ ਗਿਆ, ਕਹਿੰਦਾ ਮੈਂ ਤਾਂ ਕੁਰਸੀ 'ਤੇ ਬੈਠਣਾ, ਨਜ਼ਾਰਾ ਹੀ ਆ ਗਿਆ, ਮਜ਼ਾ ਆ ਗਿਆ ਮਜ਼ਾ। ਕੀ ਕਹਿਣਾ ਚਾਹੋਗੇ ਰਣਵਿੰਦਰ ਸਿੰਘ ਸੀਵੀਆ ਜੀ ਤੁਸੀਂ ਇਸ ਵਿਚਾਰ 'ਤੇ? ਹਾਂਜੀ ਹਾਂਜੀ ਵਧੀਆ ਗੱਲ ਆ, ਫਿਰ ਫੜਾਉਂਦੇ ਜੇ ਕਿਉਂ ਸੀਗੇ ਫਿਰ? ਹਾਂਜੀ ਬਾਈ, ਤਾਂ ਹੁਣ ਆਪਾਂ ਜਿਹੜਾ ਹੈਗਾ ਦੁਕਾਨ 'ਤੇ ਹੁੰਦੇ ਹਾਂ, ਤਾਂ ਮੈਂ ਵਾਰੀ ਵਾਰੀ ਲੋਕੇਸ਼ਨ ਸਾਰਿਆਂ ਨੂੰ ਦੱਸ ਰਹੀ ਹਾਂ, ਹਨਾ ਬਈ, ਮੇਰੀ ਸ਼ੋਪ ਆ ਜਿਹੜੀ ਬਰਨਾਲੇ ਆ ਬਈ, ਓਮ ਸਿਟੀ, ਠੀਕ ਆ, ਹੋ ਰਿਹਾ ਹੰਡਿਆਇਆ ਰੋਡ, ਹੰਡਿਆਇਆ ਰੋਡ ਬਰਨਾਲਾ, ਓਮ ਸਿਟੀ ਸ਼ੋਪ ਨੰਬਰ 5, ਆਹ ਵਾਲੀ ਆਪਣੀ ਲਿਬਾਸ ਏ ਖਾਸ, ਵਿਜ਼ਿਟ ਕਰਿਆ ਕਰੋ ਵੱਧ ਤੋਂ ਵੱਧ, ਸਟਿਚਿੰਗ ਜਿਹੋ ਜਿਹੀ ਮਰਜ਼ੀ ਸਟਿਚਿੰਗ ਕਰਵਾਓ ਤੁਸੀਂ, ਵਧੀਆ ਕਲਾਇੰਟ ਆ ਰਹੇ ਆਪਣੇ ਨਾਲ। ਹਾਂ ਉਹ ਖੜੀ ਆ ਬਾਈ ਮਨਪ੍ਰੀਤ ਕੌਰ ਸੀ ਵੀ ਆ, ਉਹ ਖੜੀ ਆ, ਕਿਹੋ ਜਿਹਾ ਮਰਜ਼ੀ ਬਾਈ ਤੁਸੀਂ ਵਰਕ ਕਰਵਾ ਸਕਦੇ ਹੋ, ਠੀਕ ਆ, ਕਿਹੋ ਜਿਹੀ ਮਰਜ਼ੀ ਸਟਿਚਿੰਗ ਕਰਵਾ ਸਕਦੇ ਹੋ, ਸ਼ਰਾਰਾ ਪੈਂਟ ਪਲਾਜੋ ਕੁਛ ਵੀ ਐਵਰੀਥਿੰਗ, ਠੀਕ ਆ, ਸਾਰੀ ਤਰ੍ਹਾਂ ਦੀ ਸਟਿਚਿੰਗ ਹੁੰਦੀ ਹੈ ਇੱਥੇ, ਹਰ ਇੱਕ ਤਰ੍ਹਾਂ ਦਾ ਇੱਥੇ ਵਰਕ ਕੀਤਾ ਜਾਂਦਾ। ਮੈਂ ਆਪਦੇ ਘਰ ਵਾਲੇ ਨੂੰ ਪਿੱਟ ਪਿੱਟ ਕੇ ਮਰ ਗਈ ਵੀ ਜੀ ਇੱਥੇ ਇੱਕ ਫਲੈਕਸ ਕਢਾ ਕੇ ਲਾ ਦਿਓ, ਜਿਵੇਂ ਬੁਟੀਕ ਵਾਲਿਆਂ ਦਾ ਲਿਖਿਆ ਹੁੰਦਾ ਵੀ ਇੱਥੇ ਹਰ ਇੱਕ ਤਰ੍ਹਾਂ ਦੀ ਸਟਿਚਿੰਗ ਕੀਤੀ ਜਾਂਦੀ ਆ, ਹਰ ਇੱਕ ਤਰ੍ਹਾਂ ਦਾ ਵਰਕ ਕੀਤਾ ਜਾਂਦਾ, ਠੀਕ ਆ, ਹੈਂਡ ਵਰਕ, ਮਸ਼ੀਨ ਵਰਕ, ਆਰੀ ਵਰਕ, ਠੀਕ ਆ, ਕੰਪਿਊਟਰ ਵਰਕ, ਸਭ ਕੁਛ ਕੀਤਾ ਜਾਂਦਾ, ਪਰ ਨਹੀਂ ਇਹਨਾਂ ਨੇ ਨਹੀਂ ਕਢਾ ਕੇ ਦਿੱਤੀ ਮੈਨੂੰ। ਹੋਰ ਗੱਲਾਂ ਗੱਲਾਂ, ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ ਵੀ ਇਹਨਾਂ ਤੋਂ ਸਰੀਆਂ ਵੀ ਨਹੀਂ ਬੜਾਇਆ ਗਿਆ, ਉਹ ਵੀ ਵੱਡੇ ਦਾ ਇੱਕ ਸਾਲ ਹੋ ਗਿਆ, ਤੇ ਆ ਮੈਂ ਨਹੀਂ ਆਈ ਤਾਂ ਸਾਡੇ ਬੂਟੇ ਵੀ ਵਿਚਾਰੇ ਪਾਣੀ ਵੀ ਨਾ ਮਰ ਗਏ ਸੀਗੇ, ਹੁਣ ਚੱਲਣ ਲੱਗੇ ਨੇ ਜਦੋਂ ਦੀ ਮੈਂ ਆਉਣ ਲੱਗੀ ਹਾਂ, ਮੇਰੇ ਬਿਨਾਂ ਤਾਂ ਕੁਛ ਨਹੀਂ ਬਣਦਾ ਇਹਨਾਂ ਦਾ। ਹੈ ਰਿੱਕੀ, ਗਲਤ ਗੱਲਾਂ ਨੇ ਇਹ। ਇੱਕ ਦਿਨ ਸਾਡੇ ਬੁਟੀਕ ਤੇ ਵੀ ਕਿਸੇ ਨੇ ਕਾਰਵਾਈ ਪਾਤੀ ਸੀ, ਹੈ ਚੋਰੀ ਹੋ ਜਾਣੀ ਸੀ, ਹਾਂ ਪਰ ਕੱਚਾ ਹੀ ਸੀਗਾ ਚੋਰ, ਪਰ ਹੁਣ ਇਸ ਤੋਂ ਬਾਅਦ ਸਾਡੀ ਕਲੋਨੀ ਦੇ ਜਿਹੜੇ ਰੂਲ ਨੇ ਉਹ ਬਹੁਤ ਜ਼ਿਆਦਾ ਸਟ੍ਰਿਕਟ ਹੋ ਚੁੱਕੇ ਨੇ। ਹਾਂ ਹਾਂਜੀ ਬਾਈ, ਥੋੜ੍ਹੇ ਕੁ ਦਿਨਾਂ ਤੱਕ, ਹਫ਼ਤੇ ਕੁ ਤੱਕ ਆਪਣੇ ਕੋਲ ਜਿਹੜੇ ਕੋਟਨ ਦੇ ਸੂਟ ਰੈਡੀ ਹੋ ਰਹੇ ਆ, ਤਾਂ ਜ਼ਰੂਰ ਵਿਜ਼ਿਟ ਕਰਿਓ ਮੇਰੇ ਬੁਟੀਕ ਨੂੰ, ਠੀਕ ਆ, ਬਹੁਤ ਸੋਹਣਾ ਨਾਮ ਲੱਗ ਰਿਹਾ ਦੇਖੋ, ਲਿਬਾਸ ਏ ਖਾਸ ਬਾਏ ਮਨਪ੍ਰੀਤ ਕੌਰ ਸੀ ਵੀ ਹੈ, ਠੀਕ ਆ। ਲਓ ਬਾਈ ਹੁਣ ਆਪਾਂ ਰਾਜੂ ਨੂੰ ਬੱਸ 'ਤੇ ਜਾ ਕੇ ਇਸ ਤੋਂ ਬਾਅਦ ਆਪਾਂ ਜੁਝਾਰ ਵਾਸਤੇ ਸ਼ੋਪਿੰਗ ਕਰਨ ਜਾਂਦੇ ਹਾਂ ਥੋੜ੍ਹੀ ਜਿਹੀ। ਲਓ ਬਾਈ ਹੁਣ ਆਪਾਂ ਚੱਲੇ ਹਾਂ ਰਾਜੂ ਨੂੰ ਛੱਡਣ, ਹੈ ਨਾ, ਹੰਡਿਆਏ, ਹੰਡਿਆਏ ਤੋਂ ਬਾਅਦ ਫਿਰ ਆਪਾਂ ਆਪਦੇ ਕੰਮ ਕਰਾਂਗੇ, ਜਿੱਥੇ ਜੁਝਾਰ ਨਾਲ ਹੁੰਦਾ ਗਾ ਉੱਥੇ ਤਾਂ ਕੋਈ ਫਿਕਰ ਨਹੀਂ ਹੁੰਦਾ, ਹੈ ਨਾ, ਹੈ ਨਾ ਰਿੱਕੀ, ਕਿ ਨਹੀਂ ਸਾਰੇ ਕੰਮ ਹੋ ਜਾਂਦੇ, ਕੋਈ ਫਿਕਰ ਨਹੀਂ ਹੁੰਦਾ ਉਦਣ ਸਾਨੂੰ, ਹਾਂ ਉੱਥੇ ਕਿਉਂਕਿ ਇਹ ਨਾਲ ਹੁੰਦਾ ਗਾ, ਨਹੀਂ ਤਾਂ ਘਰੇ ਭੱਜਣਾ ਪੈਂਦਾ ਹੁੰਦਾ ਫੀਡ ਵਾਸਤੇ ਇਹਦੀ ਵਾਸਤੇ। ਲਓ ਜੁਝਾਰ ਤਾਂ ਸੌਂ ਗਏ ਦੋਨੇ ਹੱਥ ਜੋੜ ਕੇ, ਠੀਕ ਆ, ਤੇ ਆਪਾਂ ਇਹਦੇ ਵਾਸਤੇ ਕੱਪੜੇ ਲੈਣੇ ਸੀ, ਚਲੋ ਇਹਨੂੰ ਤਾਂ ਕੀ ਉਠਾਉਣਾ, ਉੱਥੇ ਲਾ ਲੂਗੇ ਜੀ ਦੇਖ ਲਾਂਗੇ, ਕਿਉਂਕਿ ਇਹਨੇ ਕਿਹੜਾ ਪਾ ਕੇ ਦੇਖਣੇ ਨੇ, ਆਪਾਂ ਉੱਥੇ ਲਾ ਲੂਗੇ ਦੇਖ ਲਾਂਗੇ ਇਹਦੇ ਜਿਹੜੇ ਵੀ ਕੱਪੜੇ ਦੇਖਣੇ ਹੋਏ। ਜਿਹੜੀ ਇਹ ਸ਼ੋਪ ਤੇ ਮੈਂ ਜਾ ਰਹੀ ਹਾਂ ਬਰਨਾਲੇ, ਠੀਕ ਆ, ਬੈਸਟ ਸ਼ੋਪ ਆ, ਸਾਰੀਆਂ ਬ੍ਰਾਂਡਡ ਕੱਪੜੇ ਮਿਲਦੇ ਆ ਇਹਨਾਂ ਤੋਂ, ਬਰਨਾਲੇ ਵਾਲਿਆਂ ਲਈ ਇਹ ਵਧੀਆ ਚੀਜ਼ ਆ, ਠੀਕ ਆ, ਬੱਚਿਆਂ ਦੇ ਕੱਪੜੇ ਲੈਣੇ ਆ ਤਾਂ ਤੁਸੀਂ ਇਹਨਾਂ ਤੋਂ ਲਿਆ ਕਰੋ,
ਸ਼ੋਪ ਦਾ ਨਾਮ ਲਿਟਲ ਮੀ ਆ ਤੇ ਬਾਹਰੋਂ ਬਾਹਰ ਰਹਿ ਗਈ, ਮੈਂ ਤੁਹਾਨੂੰ ਦੱਸ ਦੂੰਗੀ ਲੋਕੇਸ਼ਨ ਇਹ ਕਿੱਥੇ ਜੇ ਆ। ਤੇ ਭਾਈ ਇਹਨਾਂ ਕੋਲ ਕੱਪੜਾ ਬੜਾ ਸਸਤਾ ਮਿਲਦਾ ਗਾ ਤੇ ਨਾਲੇ ਬ੍ਰਾਂਡਡ ਮਿਲਦਾ ਗਾ। ਅਸੀਂ ਸਾਡੇ ਗੁਣਤਾਜ ਦੇ ਕੱਪੜੇ ਵੀ ਇੱਥੋਂ ਲੈ ਕੇ ਜਾਂਦੇ ਆ, ਹੁਣ ਜੁਝਾਰ ਵਾਸਤੇ ਵੀ ਇੱਥੋਂ ਲੈ ਕੇ ਜਾਇਆ ਕਰਾਂਗੇ। ਪਹਿਲਾਂ ਮੈਨੂੰ ਟਾਈਮ ਨਹੀਂ ਮਿਲਿਆ ਹੈ। ਹਾਂ ਜੇ ਲੋਕਲ ਵਾਲਿਆਂ ਨੇ ਬਰਨਾਲਿਆਂ ਨੇ, ਵੈਸੇ ਤਾਂ ਊਂ ਤਾਂ ਇਹ ਆਨਲਾਈਨ ਸ਼ਿਪ ਵੀ ਕਰ ਦਿੰਦੇ ਹੁੰਦੇ ਆ, ਬਟ ਉਹ ਮੈਨੂੰ ਇੰਨਾ ਨਹੀਂ ਪਤਾ ਵੀ ਇਹ ਸ਼ਿਪਿੰਗ ਕਰ ਦਿੰਦੇ ਆ ਜਾਂ ਨਹੀਂ ਕਰ ਦਿੰਦੇ। ਬਟ ਹਾਂ, ਜੇ ਬਰਨਾਲੇ ਵਾਲਿਆਂ ਨੇ ਮਤਲਬ ਕਿ ਇੱਥੇ ਦੇਖਣਾ ਗਾ ਵੀ ਯਾਰ ਆਪਾਂ ਸ਼ੋਪ 'ਤੇ ਵਿਜ਼ਿਟ ਕਰਕੇ ਕਿਸੇ ਤੋਂ ਕੱਪੜਾ ਲੈਣਾ ਗਾ ਬੱਚਿਆਂ ਵਾਸਤੇ ਸਪੈਸ਼ਲੀ, ਠੀਕ ਆ, ਤਾਂ ਲਿਟਲ ਮੀ ਵਾਲਿਆਂ ਤੋਂ ਲਓ। ਬਹੁਤ ਭਾਈ ਮਤਲਬ ਇਹਨਾਂ ਨੂੰ ਮਤਲਬ ਕੱਪੜੇ ਦੀ ਜਿਹੜੀ ਕੁਆਲਿਟੀ ਆ ਉਹ ਬੈਸਟ ਆ। ਬਸ ਕਿਵੇਂ ਦਾ ਮਰਜ਼ੀ ਕੱਪੜਾ ਤੁਹਾਨੂੰ ਚਾਹੀਦਾ ਤੁਹਾਨੂੰ ਇੱਥੋਂ ਮਿਲ ਜੂਗਾ। ਅਤੇ ਬਾਕੀ ਡੀਲਿੰਗ ਬਾਈਆਂ ਦੀ ਬਾਲੀ ਵਧੀਆ ਡੀਲਿੰਗ ਆ, ਤੁਹਾਨੂੰ ਮੈਂ ਅੱਜ ਦਿਖਾਉਂਗੀ ਵੀ। ਅੰਬੇ ਕਲੈਕਸ਼ਨ ਆ ਸਾਹਮਣੇ, ਠੀਕ ਹੈ, ਅੰਬੇ ਵਾਲਿਆਂ ਤੋਂ ਪਹਿਲਾਂ ਹੀ ਆ ਗਿਆ ਲਿਟਲ ਮੀ। ਉਹ ਸਾਹਮਣੇ ਅੰਬੇ ਵਾਲੇ ਆ ਗਿਆ ਲਿਟਲ ਮੀ। ਇੱਥੋਂ ਦੇਖਣੇ ਆਪਾਂ ਕੱਪੜੇ ਜੁਝਾਰ ਦੇ। ਹਾਂ ਬਾਈ ਆਪਾਂ ਪੂਰੀ ਜ਼ਬਰਦਸਤ ਸ਼ੋਪਿੰਗ ਕਰ ਲਈ ਜੁਝਾਰ ਲਈ। ਇੰਨੇ ਜ਼ਿਆਦਾ ਸੋਹਣੇ ਕੱਪੜੇ ਆ, ਬਹੁਤ ਜ਼ਿਆਦਾ ਪਿਆਰੇ ਕੱਪੜੇ ਆ ਤੇ ਪ੍ਰਾਈਸ ਵੀ ਪੂਰਾ ਘੈਂਟ ਆ। ਤੇ ਕੱਪੜੇ ਮੈਂ ਆਊਟਲੈਟ ਚੋਂ ਲੈਂਦੀ ਜਾ ਕੇ ਤਾਂ ਸ਼ਾਇਦ ਅੱਜ ਬਸ ਮੇਰੀ ਬਸ ਹੋ ਜਾਣੀ ਸੀ। ਬਾਕੀ ਸਾਨੂੰ ਆ ਕੇ ਪਤਾ ਲੱਗ ਜੂਗਾ, ਆ ਕੇ ਪਤਾ ਲੱਗ ਜੂ ਬਾਈ। ਇੰਨੀ ਜ਼ਿਆਦਾ ਸੋਹਣੀ ਕੁਆਲਿਟੀ ਆ ਨਾ ਵੀਰੇ ਵਰਗਿਆਂ ਕੋਲ, ਤੇ ਵਰਾਇਟੀ ਨੰਬਰ 1 ਆ ਬਾਈ, ਨੰਬਰ 1। ਤੁਸੀਂ ਕਿਵੇਂ ਦਾ ਮਰਜ਼ੀ ਕੱਪੜਾ ਵਾਲੇ, ਜੁਝਾਰ ਤਾਂ ਬਹੁਤ ਛੋਟਾ ਗਾ, ਜੇ ਤੁਹਾਡਾ ਬੇਬੀ 1.5 ਸਾਲ 2 ਸਾਲ ਉਹ ਤਾਂ ਇੰਨੀ ਕੁ ਜ਼ਿਆਦਾ ਕਲੈਕਸ਼ਨ ਆ। ਲਵੇ ਦੁਕਾਨ ਆ ਲਿਟਲ ਮੀ ਲਿਖਿਆ, ਸੋ ਸਾਰਿਆਂ ਨੂੰ ਪਤਾ ਲੱਗ ਜੂ। ਵਰਾਇਟੀ ਬਹੁਤ ਆ, ਹੋਰ ਇੰਨੀ ਵਰਾਇਟੀ ਉਹਨਾਂ ਦੇ ਵੀ ਨਹੀਂ ਮਿਲਦੀ ਆ, ਬ੍ਰਾਂਡਾਂ ਬਰੂੰਡਾਂ ਜਿਹੜਾ ਨੇ ਕਿਸੇ ਬ੍ਰਾਂਡ ਤੋਂ ਨਹੀਂ ਮਿਲਦੀ ਇੰਨੀ ਵਰਾਇਟੀ, ਕਿਸੇ ਵੀ ਬ੍ਰਾਂਡ ਤੋਂ ਨਹੀਂ ਮਿਲਦੀ। ਬਾਕੀ ਕੁੜੀਆਂ ਦੇ ਵੀ ਬੜੇ ਸੋਹਣੇ ਆ, ਕੁੜੀਆਂ ਦੇ ਤਾਂ ਬਹੁਤ ਜ਼ਿਆਦਾ ਸੋਹਣੇ ਆ, ਮੁੰਡੇ ਦੇ ਤਾਂ ਇੰਨੇ ਸੋਹਣੇ ਮਿਲਦੇ ਨਹੀਂ ਕੱਪੜੇ, ਕੁੜੀਆਂ ਦੇ ਤਾਂ ਬਹੁਤ ਸੋਹਣੇ ਆ। ਮਤਲਬ ਇੱਦਾਂ ਦੇ ਆਹ ਦੇਖੋ ਤੁਸੀਂ, ਜਿਵੇਂ ਆਹ ਦੇਖੋ ਆਹ ਸੂਟ ਆ ਗਿਆ, ਠੀਕ ਆ, ਆਹ ਫਰੋਕਾਂ ਆ ਗਈਆਂ। ਤੇ ਮੈਂ ਤੁਹਾਨੂੰ ਜੇ ਹੋਰ ਵੀ ਕੋਈ ਚੀਜ਼ ਦਿਖਾਵਾਂ ਨਾ, ਖੜ ਜਾਓ, ਆਹ ਦੇਖੋ ਕਿੰਨੇ ਸੋਹਣੇ ਕੱਪੜੇ ਆ। ਮੁੰਡਿਆਂ ਦੇ ਕੱਪੜੇ ਬਹੁਤ ਸੋਹਣੇ ਨੇ, ਬਟ ਇਨ ਕੰਪੈਰੀਜ਼ਨ ਕੁੜੀਆਂ ਦੇ ਬਾਕੀ ਵੀ ਸੋਹਣੇ ਆਉਂਦੇ ਹੁੰਦੇ ਆ ਕੁੜੀਆਂ ਦੇ। ਮਤਲਬ ਕਿ ਟੂ ਮੱਚ ਪ੍ਰੀਟੀ ਦੇਖੋ, ਜਿਵੇਂ ਆ ਕੁੜੀਆਂ ਦੇ ਕੱਪੜੇ ਕਿੰਨੇ ਸੋਹਣੇ ਆ, ਗਰਮੀ ਵਾਲੇ ਪੂਰੇ ਸੋਹਣੇ ਬਾਈ। ਜਰੂਰ ਵਿਜ਼ਿਟ ਕਰਿਓ ਸਾਰੇ ਜਣੇ, ਬਹੁਤ ਸੋਹਣਾ ਕੰਮ ਆ, ਵਿਜ਼ਿਟ ਕਰਿਓ। ਅੱਜ ਮੈਨੂੰ ਚਾਹ ਚੜ ਗਿਆ ਵੀ ਥੋੜੇ ਜਿਹੇ ਪੈਸਿਆਂ ਚ ਕੱਪੜੇ ਆ ਗਏ, ਉਹ ਵੀ ਬ੍ਰਾਂਡਡ। ਹਣਾ ਲਓ ਜੀ ਆਪਾਂ ਆ ਗਿਆ ਮੇਰੇ ਨਾਨਕੇ, ਵੱਡੇ ਮਾਮਾ ਜੀ ਕੇ ਘਰ, ਸਾਡੇ ਵੱਡੇ ਨਾਨਕੇ ਨੇ ਛੋਟੇ ਨਾਨਕੇ। ਚਲੋ ਉਤਰੀਏ। ਹਾਂ ਜੁਝਾਰ, ਉਹ ਬੋਲੋ ਬੋਲੋ ਜਾਣਾ।
ਆਪਾਂ ਸਾਰੇ ਕਿਤੇ ਜਾ ਕੇ ਠੀਕ ਹੈ ਹੁਣ ਆਪਾਂ ਪਰਤ ਰਹੇ ਹਾਂ ਘਰ ਨੂੰ ਤੇ ਕੱਪੜੇ ਆ ਜਿਹੜੇ ਤੁਹਾਨੂੰ ਆਪਾਂ ਦਿਖਾਵਾਂਗੇ ਘਰੇ ਜਾ ਕੇ ਵੀ ਕਿਹੜੇ ਕੱਪੜੇ ਲੈ ਕੇ ਆਏ ਆ ਠੀਕ ਹੈ ਜੁਝਾਰ ਵਾਸਤੇ ਤਾਂ ਤੁਸੀਂ ਜ਼ਰੂਰ ਦੱਸਿਓ ਵੀ ਤੁਹਾਨੂੰ ਕਿੱਦਾਂ ਦੇ ਲੱਗੇ ਸਾਰਿਆਂ ਨੂੰ ਘਰੇ ਪਹੁੰਚਣ ਵਾਲੇ ਹਾਂ ਬਸ ਆਪਾਂ ਠੀਕ ਹੈ ਪਿੰਡ ਪਹੁੰਚ ਕੇ ਫਿਰ ਤੁਹਾਨੂੰ ਦਿਖਾਵਾਂਗੇ ਇਹਦੇ ਕੱਪੜੇ ਵੀ ਆਪਾਂ ਕੀ ਚੀਜ਼ ਲੈ ਕੇ ਫਿਲਹਾਲ ਤਾਂ ਇਹਦੇ ਵਿਚਾਰੇ ਦੀ ਗੈਸ ਜੀ ਬਣੀ ਪਈ ਆ ਚੂ ਚੂ ਜੇ ਕਰੀ ਜਾਂਦਾ ਇਹ ਤੁਹਾਡੇ ਗੈਸ ਬਣ ਗਈ ਪੁੱਤ ਤੁਸੀਂ ਚੂ 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 ਕਰੀ ਜਾਂਦੇ ਸੀ ਜਵਾਕਾਂ ਦੇ ਕੱਪੜੇ ਆਉਂਦੇ ਆ ਕੱਪੜੇ ਆਉਂਦੇ ਆ ਆਹ ਪੈਂਟ ਜਿਹੜੀ ਜੁਝਾਰ ਦੇ ਬਾਈ ਆਪਾਂ ਮੈਂ ਤਾਂ ਪੈਂਟ ਹੀ ਨੀ ਦੇਖੀ ਸੀਗੀ ਦੇਖੀ ਵੀ ਕੀ ਸੀ ਆਪਾਂ ਨੂੰ ਕੌਣ ਲੈ ਕੇ ਜਾਂਦਾ ਸੀ ਘਰੇ ਜਿਹੜਾ ਕੱਪੜਾ ਬਚਦਾ ਮੰਮੀ ਕਹਿੰਦੀ ਜੇ ਕੁੜਤੇ ਪਜਾਮੇ ਚ ਕੁਛ ਬਚਦਾ ਉਹਦਾ ਤੇ ਤੇਰਾ ਕੱਚੀ ਜੁਗਾ ਸਿਉਂ ਦਿੰਦੇ ਸੀਗੇ ਜਾਮਦਿਆਂ ਨੂੰ ਬ੍ਰਾਂਡਡ ਆਉਂਦੇ ਆ ਹਜੇ ਮੈਂ ਇਹਨੇ ਜੀਨ ਚਾੜੀ ਆ ਲੈ ਆਪਾਂ ਕਿੱਥੇ ਪਾਉਂਦੇ ਸੀਗੇ ਠੀਕ ਹੈ ਫਿਰ ਮਾਹੌਲ ਦਾ ਫਰਕ ਆ ਟਾਈਮ ਟਾਈਮ ਦਾ ਫਰਕ ਆ ਦੇਖਿਆ ਜਾਵੇ ਤਾਂ ਆਪਣੀ ਮੰਮੀ ਦੀ ਲਾਈਫ ਸਟਾਈਲ ਚ ਤੇ ਮੇਰੀ ਲਾਈਫ ਸਟਾਈਲ ਚ ਕਿੰਨਾ ਫਰਕ ਹੋ ਠੀਕ ਹੈ ਨਾ ਆਪਣੇ ਡੈਡੀ ਦੀ ਲਾਈਫ ਸਟਾਈਲ ਚ ਤੇ ਤੁਹਾਡੀ ਲਾਈਫ ਸਟਾਈਲ ਚ ਕਿੰਨਾ ਫਰਕ ਹੋ ਆਹ ਚੀਜ਼ ਹੈ ਨਾ ਗਾਹਾਂ ਹੁਣ ਆਪਣਾ ਲਾਈਫ ਸਟਾਈਲ ਕਿੱਦਾਂ ਦਾ ਜਦੋਂ ਇਹ ਜੁਝਾਰ ਵੱਡਾ ਹੋ ਗਿਆ ਇਹਦੀ ਲਾਈਫ ਸਟਾਈਲ ਚ ਬਹੁਤ ਫਰਕ ਹੋ ਇਹ ਤਾਂ ਯੁੱਗ ਆ ਬਦਲਦਾ ਹੀ ਰਹਿਣਾ ਇਹ ਤਾਂ ਅੱਗੇ 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 ਹੋਰ ਤਰੱਕੀ ਹੋਈ ਜਾਣੀ ਆ ਹੋਰ ਬਦਲਦਾ ਰਹਿਣਾ ਚਲੋ ਬਾਈ ਹੁਣ ਆਪਾਂ ਘਰੇ ਪਹੁੰਚ ਕੇ ਗੱਲਬਾਤ ਕਰਦੇ ਹਾਂ ਵਾਸੀਆਂ ਆ ਰਹੀਆਂ ਨੇ ਮੁੰਨੂ ਜੀ ਨੂੰ ਮੇਰੇ ਨੂੰ ਠੀਕ ਆ ਜੁਝਾਰ ਮੰਮੀ ਦੇਖਿਓ ਤੁਹਾਡੇ ਕੋਲ ਆ ਕੇ ਆ ਦੇਖਿਓ ਬਾਬੇ ਦੇਖ ਕੇ ਚੁੱਪ ਹੋ ਗਿਆ ਹੈ ਨਾ ਬਾਣੀ ਸੁਣ ਕੇ ਚੁੱਪ ਹੋ ਗਿਆ ਪੂਰਾ ਆ ਦੇ ਹਾਂ ਪਾਠ ਸੁਣਦਾ ਸੁਣ ਲਓ ਉਹ ਤਾਂ ਸੁਣ ਲਓ ਸੁਣ ਲਓ ਆ ਦੇਖ ਮੰਮੀ ਬਣਾਏ ਨੇ ਹੈਗੇ ਦੋ ਠੀਕ ਆ ਤੇ ਇੱਕ ਆ ਦੇਖ ਲਓ ਅੱਛਾ ਨਾਲ ਟੋਪੀ ਆ ਕੱਚਾ ਹੈਗਾ ਤੇ ਆ ਨਾਲ ਟੋਪੀ ਆ ਠੀਕ ਹੈ ਗਰਮੀਆਂ ਦੇ ਹਾਂਜੀ ਹਾਂਜੀ ਤੇ ਆ ਹੈਗਾ ਇਹਦਾ ਨਾਈਟ ਸੂਟ ਪਰ ਮੈਨੂੰ ਪਤਾ ਤੁਸੀਂ ਘਰੇ ਪਾ ਦਿਆ ਕਰਨਾ ਠੀਕ ਹੈ ਆ ਸ਼ਰਟ ਆ ਤੇ ਆ ਦੇਖ ਲਓ ਇਹਦੀ ਪਜਾਮਾ ਪਜਾਮਾ ਠੀਕ ਹੈ ਪਿਓਰ ਕੋਟਨ ਤੇ ਆ ਦੇਖ ਲਓ ਜੀ ਠੀਕ ਹੈ ਆਹ ਕੁੜਤਾ ਤੇ ਆ ਇਹਦੀ ਨਿੱਕਰ ਆ ਨਾਲ ਠੀਕ ਹੈ ਆ ਦੇਖੋ ਆ ਇਹਦਾ ਫੁੱਲ ਸੂਟ ਆ ਗਰਮੀ ਵਾਲਾ ਠੀਕ ਹੈ ਤੇ ਆ ਇਹਦੀ ਟੀ ਸ਼ਰਟ ਜੀਨ ਨਾਲ ਪਾਉਣ ਵਾਲੀ ਆ ਠੀਕ ਹੈ ਤੇ ਆ ਇਹਦੀ ਸ਼ਰਟ ਲਿਆਂਦੀ ਪੈਂਟ ਨਾਲ ਪਾਉਣ ਵਾਸਤੇ ਠੀਕ ਹੈ ਤੇ ਆ ਇਹਦੀ ਪੈਂਟ ਲਿਆਂਦੀ ਤਣੀਆਂ ਵਾਲੀ ਵਿੱਚ ਦੀ ਸ਼ਰਟ ਪਾ ਕੇ ਉੱਤੋਂ ਦੀ ਤਣੀਆਂ ਬੰਨ ਦਿਆ ਕਰਾਂਗੇ ਠੀਕ ਹੈ ਠੀਕ ਹੈ ਤੇ ਆ ਇਹਦੀ ਜਾਕਟ ਇਹ ਅਸੀਂ ਸੋਚ ਰਹੇ ਹਾਂ ਵੀ ਵੱਡੀ ਲੈ ਜਾਈਏ ਥੋੜੀ ਇਹ ਜੈਕਟ ਅਸੀਂ ਵੱਡੀ ਲੈ ਜਾਈਏ ਥੋੜੀ ਹਾਂ ਸੋਚ ਰਹੇ ਹਾਂ ਵੀ ਥੋੜੀ ਵੱਡੀ ਲੈ ਜਾਈਏ ਬਸ ਬਹੁਤ ਬਸ ਤੇਰੇ ਪਾਵਾਂਗੇ ਕੱਪੜੇ ਤੇਰੇ ਪੈ ਜਾਣ ਆ ਇਹਦੀ ਪੂਰੀਆਂ ਬਾਹਾਂ ਲਈ ਇਹਦੇ ਨਾਲ ਪਾਉਣ ਨੂੰ ਲਿਆਂਦੀ ਟੀ ਸ਼ਰਟ ਵਿਆਹ ਚ ਕੱਲ ਨੂੰ ਪਾ ਲਈਏ ਆਪਾਂ ਇਹਦੇ ਪਾ ਠੀਕ ਹੈ ਤੇ ਇੱਕ ਆਹ ਸੂਟ ਲਿਆਂਦਾ ਇਹਦਾ ਗਰਮੀ ਵਾਲਾ ਗਰਮੀ ਵਾਲਾ ਠੀਕ ਹੈ ਹੋਰ ਹੁਣ ਗਰਮੀ ਹੋ ਰਹੀ ਹੈ ਮੈਂ ਕਿਹਾ ਤੁਸੀਂ ਬਦਲ ਬਦਲ ਕੇ ਪਾਉਣੇ ਹੁੰਦੇ ਆ ਜੁਝਾਰ ਸਿੰਘ ਦੇ ਮੇਰੇ ਤਾਜ ਵਾਸਤੇ ਲਿਆਂਦਾ ਗਾ ਹੈ ਮੇਰੇ ਤਾਜ ਵਾਸਤੇ ਲਿਆਂਦਾ ਮੈਂ ਟੀ ਸ਼ਰਟ ਤੇ ਨਿੱਕ ਹਾਂ ਉਹਦੇ ਮੇਚ ਦੀ ਦਿੱਤਾ ਉਹਨਾਂ ਦੀ ਲੈ ਕੇ ਆਉਣੀ ਜਿਹਨਾਂ ਤੋਂ ਲੈ ਕੇ ਆਉਂਦੇ ਹੁੰਦੇ ਹਨਾ ਉਹ ਕਹਿੰਦਾ ਇਹ ਆਊਗਾ
ਇਹ ਲੈਂਦੇ ਆ ਸਾਰੇ ਆਪਾਂ ਲਿਟਲ ਮੀ ਤੋਂ। ਹਾਂ ਤੇ ਜਿਨ੍ਹਾਂ ਦੀ ਕੁਆਲਿਟੀ ਬਾਈ ਪੂਰੀ ਬੈਸਟ ਕੁਆਲਿਟੀ ਆ ਬਸ, ਤੇ ਜ਼ਰੂਰ ਵਿਜ਼ਿਟ ਕਰਿਓ ਸਾਰਿਆਂ ਨੇ, ਉਹਨਾਂ ਦਾ ਇੰਸਟਾਗ੍ਰਾਮ ਤੇ ਪੇਜ ਬਣਿਆ ਹੋਇਆ, ਉੱਥੇ ਤੁਹਾਨੂੰ ਕਲੈਕਸ਼ਨ ਦੇਖਣ ਨੂੰ ਮਿਲ ਜੂਗੀ ਮੀ ਲਿਟਲ। ਆਹ ਦੇਖੋ ਤੁਸੀਂ ਇੱਥੇ ਧਿਆਨ ਨਾਲ ਦੇਖ ਸਕਦੇ ਹੋ, ਠੀਕ ਹੈ ਬਣਿਆ ਹੋਇਆ ਇਹਨੂੰ ਤੁਸੀਂ, ਆਹ ਉਹਨਾਂ ਦਾ ਇੰਸਟਾਗ੍ਰਾਮ ਪੇਜ ਬਣਿਆ ਹੋਇਆ ਇਹਨੂੰ ਫੋਲੋ ਕਰਕੇ ਮੀ ਅੰਡਰਸਕੋਰ ਲਿਟਲ, ਹਾਂ ਉੱਥੇ ਤੁਸੀਂ ਲੈ ਸਕਦੇ ਹੋ ਠੀਕ ਹੈ। ਉਹਨਾਂ ਤੋਂ ਕੱਪੜੇ ਬਹੁਤ ਸੋਹਣੇ ਕੱਪੜੇ ਨੇ ਬਾਈ, ਤੁਹਾਨੂੰ ਦੱਸਿਓ ਕਲੈਕਸ਼ਨ ਕਿਵੇਂ ਲੱਗੀ। ਬਾਕੀ ਬਾਈ ਕੋਈ ਪ੍ਰਮੋਸ਼ਨ ਨਹੀਂ ਸੀਗੀ ਇਹ, ਮੈਂ ਪੈਸੇ ਲਾ ਕੇ ਲੈ ਕੇ ਆਈ ਹਾਂ ਕੱਪੜੇ, ਠੀਕ ਹੈ। ਬਾਕੀ ਉਹ ਪਹਿਲਾਂ ਵੀ ਜਿਹੜੀ ਕੁੜੀ ਨੇ ਭੇਜੇ ਸੀਗੇ ਬਾਈ ਕੱਪੜੇ, ਉਹਦੀ ਵੀ ਕੁਆਲਿਟੀ ਪੂਰੀ ਵਧੀਆ ਸੀ, ਸ਼ਿਪਿੰਗ ਵੀ ਕਰ ਦਿੱਤੇ ਨੇ। ਬਾਕੀ ਤੁਸੀਂ ਬਰਨਾਲੇ ਸ਼ੋਪ ਇਹਨਾਂ ਦੀ ਵਿਜ਼ਿਟ ਕਰਕੇ ਲੈ ਸਕਦੇ ਹੋ। ਮੇਰੇ ਪੁੱਤ ਨੂੰ ਲੱਗੀ ਭੁੱਖ ਹੋਏ, ਤੇ ਇਹ ਸੀਗਾ ਆਪਣਾ ਅੱਜ ਦਾ ਬਲੌਗ, ਤੇ ਕੱਲ ਨੂੰ ਇਹਦੇ ਕਿਹੜੀ ਡਰੈਸ ਪਾਵਾਂਗੇ ਆਪਾਂ, ਠੀਕ ਆ। ਕੱਲ ਨੂੰ ਆਪਾਂ ਮਿਲਦੇ ਹਾਂ, ਤੇ ਆਹ ਬਲੌਗ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਿਓ ਤੇ ਕੱਪੜੇ ਦੱਸਿਓ ਤੁਹਾਨੂੰ ਕਿੱਦਾਂ ਦੇ ਲੱਗੇ, ਮੈਨੂੰ ਤਾਂ ਬੜੇ ਸੋਹਣੇ ਲੱਗੇ। ਬਾਏ ਬਾਏ।